ਜੀ ਮਤੇ ਗੁਰਮਤੇ ਅਤੇ ਹੁਕਮਨਾਮੇ ਇਹ ਪ੍ਰੋਗਰਾਮ ਲੈ ਕੇ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦੀ ਸੇਵਾ ਵਿੱਚ ਮੈਂ ਗੁਰਚਰਨਜੀਤ ਸਿੰਘ ਲਾਂਬਾ ਹਾਜ਼ਰ ਹਾਂ ਸਿੱਖ ਇਤਿਹਾਸ ਸਿੱਖ ਪੰਥ ਗੁਰਨਾਨਕ ਸਾਹਿਬ ਦੇ ਉਸ ਨਿਰਮਲ ਪੰਥ ਤੇ ਉਹ ਅਮਾਨਤ ਉਹ ਵਿਰਾਸਤ ਉਹ ਜਿਹੜਾ ਅਗੰਮੀ ਤੁਰ ਇਲਾਹੀ ਦਰਗਾਹ ਤੋਂ ਲਿਖ ਕੇ ਜੋ ਪ੍ਰੋਗਰਾਮ ਜਗਤ ਚਲੰਦੇ ਨੂੰ ਤਾਰਨ ਲਈ ਉਹ ਪ੍ਰੋਗਰਾਮ ਸਿਰਜਿਆ ਗਿਆ ਸੀ ਉਹ ਇੱਕ ਐਸਾ ਵਹਾਅ ਸੀ ਇੱਕ ਐਸਾ ਪ੍ਰਵਾਹ ਸੀ ਇੱਕ ਐਸੀ ਤਰੰਗ ਸੀ ਜਿਹੜੀ ਕਿ ਸਮਾ ਬਦ ਨਹੀਂ ਸੀ ਜਿਹੜੀ ਸੀਮਾ ਬਦ ਨਹੀਂ ਸੀ ਹਜ਼ੂਰ ਸਤਗੁਰ ਸੱਚੇ ਪਾਤਸ਼ਾਹ ਨੇ ਖੁਦ ਵੀ ਤਰਤ ਲੋਕਾਈ ਨੂੰ ਸੋਧਣ ਲਈ ਚਾਰੇ ਪਾਸੇ ਯਾਤਰਾਵਾਂ ਕੀਤੀਆਂ ਉਹ ਸਾਰੇ ਤੀਰਥਾਂ ਤੇ ਗਏ ਵੱਖ-ਵੱਖ ਥਾਵਾਂ ਦੇ ਉੱਤੇ ਗਏ ਵੱਖ-ਵੱਖ ਫਿਰਕਿਆਂ ਨੂੰ ਮਿਲੇ ਵੱਖ-ਵੱਖ ਮਜ਼ਾਹਿਬ ਨੂੰ ਮੰਨਣ ਵਾਲਿਆਂ ਨੂੰ ਮਿਲੇ ਪਰ ਕਿਧਰੇ ਤਕਰਾਰ ਨਹੀਂ ਸੀ ਕਿਧਰੇ ਕੋਈ ਰੰਜਿਸ਼ ਨਹੀਂ ਸੀ ਇੱਕ ਸਨੇਹਾ ਸੀ ਹਜ਼ੂਰ ਸਤਗੁਰ ਸੱਚੇ ਪਾਤਸ਼ਾਹ ਨੇ ਕਿਧਰੇ ਵੀ ਕਿਸੇ ਜਗ੍ਹਾ ਦੇ ਉੱਤੇ ਵੀ ਜਾ ਕੇ ਵਾਦ-ਵਿਵਾਦ ਨਹੀਂ ਕੀਤਾ ਕਿਧਰੇ ਵੀ ਸ਼ਾਸਤਰਾਰਥ ਨਹੀਂ ਕੀਤਾ ਜਿਹੜੀ ਕਿ ਇਸ ਦੇਸ਼ ਦੀ ਪਰੰਪਰਾ ਸੀ ਕਿ ਜਾਂ ਤੁਸੀਂ ਸ਼ਾਸਤਰਾਰਥ ਕਰੋ ਤੇ ਜਾਂ ਆਪਣੀ ਹਾਰ ਮੰਨ ਲਓ ਹਜ਼ੂਰ ਨੇ ਚੋਜ ਕੀਤੇ ਹਜ਼ੂਰ ਨੇ ਕੌਤਕ ਕੀਤੇ ਹਜ਼ੂਰ ਨੇ ਸਿੱਧੇ ਪਧਰੇ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਦਾ ਉਸ ਵਾਹਿਗੁਰੂ ਦਾ ਕਹ ਨਾਨਕ ਗੁਰਖੋਈ ਪਰਮ ਏਕੋ ਅਲੋ ਪਰਮ ਦਾ ਸੰਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਮੇ ਸਮੇ ਦੇ ਉੱਤੇ ਸੰਗਤਾਂ ਨੂੰ ਧਰੇ ਨਾਲ ਜੋੜਨ ਲਈ ਕੇਂਦਰ ਨਾਲ ਜੋੜਨ ਲਈ ਮਰਕਸ ਨਾਲ ਜੋੜਨ ਲਈ ਹਜ਼ੂਰ ਨੇ ਮਸੰਦ ਬਣਾਏ ਉਹਨਾਂ ਨੇ ਮੇਵੜੇ ਭੇਜੇ ਉਹਨਾਂ ਨੇ ਹੁਕਮਨਾਮੇ ਭੇਜੇ ਉਹਨਾਂ ਨੇ ਮੰਝੀਆਂ ਥਾਪੀਆਂ ਇਸ ਸਾਰੇ ਕੁਝ ਦਾ ਮਕਸਦ ਇੱਕ ਸੀ ਕਿ ਆਮ ਸਿੱਖ ਉਸ ਤਰੇ ਨਾਲ ਉਸ ਕੇਂਦਰ ਨਾਲ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਸੰਦੇਸ਼ ਨਾਲ ਜੁੜਿਆ ਰਹੇ ਜਦੋਂ ਖਾਲਸੇ ਨੂੰ ਅੰਮ੍ਰਿਤ ਛਕਾਇਆ ਜਾਂਦਾ ਇੱਕ ਲਫ਼ਜ਼ ਬਹੁਤ ਹੀ ਅਹਿਮ ਹੈ ਛੋਟਾ ਜਿਹਾ ਲਫ਼ਜ਼ ਹੈ ਪਰ ਜਿਸ ਦਾ ਅਰਥ ਬਹੁਤ ਗੰਭੀਰ ਹੈ ਉਹ ਹੈ ਵਾਸੀ ਤੁਸੀਂ ਅਨੰਦਪੁਰ ਦੇ ਹੋ ਤੁਸੀਂ resident permanent resident ਤੁਸੀਂ ਅਨੰਦਪੁਰ ਸਾਹਿਬ ਦੇ ਹੋ ਇਹ ਹਰ ਸਿੱਖ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਆਪਣਾ ਨਾਤਾ ਜੋੜਦਾ ਹੈ ਉਸ ਨੂੰ ਆਪਣੇ ਜ਼ਿਹਨ ਵਿੱਚ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਉਸ ਨੂੰ ਆਪਣੇ ਤਖੈਲ ਵਿੱਚ ਇਹ ਗੱਲ ਹਮੇਸ਼ਾ ਰੱਖਣੀ ਪਏਗੀ ਕਿ ਉਹ ਵਾਸੀ ਅਨੰਦਪੁਰ ਦਾ ਹੈ ਪਰ ਜੇ ਅਸੀਂ ਅਨੰਦਪੁਰ ਸਾਹਿਬ ਨੂੰ ਭੁੱਲ ਜਾਵਾਂਗੇ ਅਸੀਂ ਆਪਣੇ ਤੁਰੇ ਤੋਂ ਟੁੱਟ ਜਾਵਾਂਗੇ ਉਸ ਮਰکز ਨਾਲ ਜੋੜਨ ਲਈ ਹੀ ਗੁਰੂ ਸਾਹਿਬ ਨੇ ਹੁਕਮਨਾਮੇ ਜਾਰੀ ਕੀਤੇ ਉਹ ਹੁਕਮਨਾਮੇ ਵੈਸੇ ਤਾਂ ਗੁਰੂ ਸਾਹਿਬ ਦੇ ਹੁਕਮ ਸਣ ਸਰਕਾਰਾਂ ਵੀ ਉਸ ਵੇਲੇ ਹੁਕਮ ਜਾਰੀ ਕਰਦੀਆਂ ਸਨ ਹੁਕਮ ਜਾਰੀ ਕਰਨਾ ਕਿਸੇ ਸਰਕਾਰ ਦਾ ਕੰਮ ਹੈ ਪਰ ਜਿਹੜੇ ਹੁਕਮਨਾਮੇ ਗੁਰੂ ਸਾਹਿਬ ਨੇ ਜਾਰੀ ਕੀਤੇ ਬਾਅਦ ਵਿੱਚ ਮਾਤਾ ਸਾਹਿਬ ਦੇਵਾ ਜੀ ਨੇ ਵੀ ਜਿਹੜੇ ਹੁਕਮਨਾਮੇ ਜਾਰੀ ਕੀਤੇ ਉਹਨਾਂ ਨੇ ਵੀ ਗੁਰੂ ਘਰ ਨੂੰ ਸਰਕਾਰ ਕਰਕੇ ਮੁਖਾਤਬ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਖਰਚਾ ਤੁਸੀਂ ਕਰ ਦੇਣਾ ਜਿਹੜਾ ਖਰਚਾ ਸਰਕਾਰ ਦੇ ਖਾਤੇ ਵਿੱਚ ਜਾਏਗਾ ਗੁਰੂ ਘਰ ਨੂੰ ਸਰਕਾਰ ਕਰਕੇ ਇਹ ਸਤਿਗੁਰ ਸੱਚਾ ਪਾਤਸ਼ਾਹ ਹੈ ਬਾਕੀ ਬਾਦਸ਼ਾਹ ਬਾਰੇ ਹਜ਼ੂਰ ਨੇ ਖੁਦ ਹੀ ਫਰਮਾ ਦਿੱਤਾ ਹੈ ਇਹ ਪੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾਜਾ ਕੋ ਹਰ ਸਮਾਨ ਨਹੀਂ ਰਾਜਾ ਉਹ ਜਿਹੜੇ ਹੁਕਮਨਾਮੇ ਹਨ ਉਹਨਾਂ ਦੀ अहमियत ਉਹਨਾਂ ਦੀ ਇੰਪੋਰਟੈਂਸ ਧਾਰਮਿਕ ਤੌਰ ਦੇ ਉੱਤੇ ਗੁਰੂ ਦਾ ਸੰਦੇਸ਼ ਤਾਂ ਹੈ ਹੀ ਪਰ ਉਸ ਦੇ ਨਾਲ ਹੀ ਉਹ ਉਸ ਵਕਤ ਦੇ ਸਮਕਾਲੀਨ ਇਤਿਹਾਸ ਦੀ ਇੱਕ ਬਹੁਤ ਵੱਡੀ ਚਲਕ ਦਿੰਦਾ ਹੈ ਇੱਕ ਆਇਨਾ ਹੈ ਉਸ ਵੇਲੇ ਦੇ ਸਾਰੇ ਹਾਲਾਤ ਨੂੰ ਪੂਰੀ ਬਖੂਬੀ ਦੇ ਨਾਲ ਉਹ ਵਰਣਨ ਕਰਦਾ ਹੈ ਉਸ ਵੇਲੇ ਕਿਹੜੀਆਂ ਚੀਜ਼ਾਂ ਸੜ ਉਹਨਾਂ ਵਸਤੂਆਂ ਦੇ ਪਾ ਕੀ ਸੜ ਰਾਜਸੀ ਸਮਾਜਿਕ ਆਰਥਿਕ ਕਾਨੂੰਨੀ ਕਿਹੜੀ ਵਿਵਸਥਾ ਸੀ ਉਹ ਸਾਰੇ ਦਾ ਜ਼ਿਕਰ ਉਹ ਹੁਕਮਨਾਮੇ ਉਹ ਗੁਰੂ ਸਾਹਿਬ ਦੇ ਸੰਦੇਸ਼ ਮਾਤਾ ਜੀ ਦੇ ਸੰਦੇਸ਼ ਬਾਬਾ ਬੰਦਾ ਸਿੰਘ ਬਹਾਦਰ ਦੇ ਉਹ ਹੁਕਮਨਾਮੇ ਉਹ ਸਾਰਾ ਕੁਝ ਜਾਰੀ ਕਰਦੇ ਹਨ ਉਹ ਸਾਰਾ ਕੁਝ ਦਰਸਾਉਂਦੇ ਹਨ ਹਜ਼ੂਰ ਨੇ ਜਿੱਥੇ ਸਿੱਖਾਂ ਨੂੰ ਇਹ ਸਵਾਗ ਦਿੱਤਾ ਕਿ ਉਹਨਾਂ ਦੀ ਛੋਟੀ ਛੋਟੀ ਪੇਟਾ ਵੀ ਪਰਵਾਨ ਕੀਤੀ ਕਿਸੇ ਸਿੱਖ ਨੂੰ ਜਦੋਂ ਇੱਕ ਛੋਟੀ ਜੀ ਚੀਜ਼ ਦੇ ਲਈ ਜਦੋਂ ਹਜ਼ੂਰ ਦਾ ਹੁਕਮ ਆਇਆ ਉਹ ਕਿਤਨਾ ਵੱਡਾ ਤਨਭਾਗੀ ਆਪਣੇ ਆਪ ਨੂੰ ਮਹਿਸੂਸ ਕਰਦਾ ਹੋਏਗਾ ਕਿ ਮੇਰੇ ਗੁਰੂ ਨੇ ਮੇਰੇ ਕੋਲੋਂ ਇੱਕ ਛੋਟੀ ਜੀ ਵਸਤੂ ਦੀ ਮੰਗ ਕੀਤੀ ਹੈ ਪਰ ਇੱਥੇ ਹੀ ਨਹੀਂ ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਜਾਂ ਬਾਅਦ ਵਿੱਚ ਮਾਤਾ ਜੀ ਨੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਉਹਨਾਂ ਵਿੱਚ ਇੱਕ ਹੋਰ ਚੀਜ਼ ਵੀ ਬੜੀ ਐਮ ਹੈ ਸਮਕਾਲੀਨ ਉਸ ਵਿਲੇ ਦੇ ਸਿੱਖਾਂ ਦੀ ਨਿੱਜੀ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਜਿਹੜੀ ਇੱਕ ਆਪਸੀ ਪਾਈਚਾਰੇ ਦੇ ਤੌਰ ਦੇ ਉੱਤੇ ਜੇਕਰ ਕੋਈ ਲੋੜਵੰਦ ਸੀ ਉਸ ਦੀ ਮਦਦ ਕਰਨ ਲਈ ਵੀ ਹੁਕਮਨਾਮੇ ਜਾਰੀ ਕੀਤੇ ਮਗਰ ਉਹਨਾਂ ਸਾਰੇ ਹੁਕਮਨਾਮਿਆਂ ਦੇ ਵਿੱਚ ਇੱਕ ਸਿਧਾਂਤ ਔਰ ਗੁਰਮਤ ਦੇ ਉਹ ਸਿਧਾਂਤ ਬੜੇ ਸਪਸ਼ਟ ਰੂਪ ਵਿੱਚ ਅੰਕਿਤ ਕੀਤੇ ਗਏ ਮਾਤਾ ਸੁੰਦਰੀ ਜੀ ਦੇ ਇੱਕ ਹੁਕਮਨਾਮੇ ਵਿੱਚ ਬਹੁਤ ਹੀ ਇੱਕ ਰੋਚਕ ਪ੍ਰਸੰਗ ਹੈ ਕਿ ਉਹਨਾਂ ਨੇ ਸੰਗਤ ਨੂੰ ਹੁਕਮ ਦਿੱਤਾ ਕਿ ਫਲਾਣਾ ਗੁਰੂ ਦਾ ਸਿੱਖ ਤੁਹਾਡੇ ਪਾਸ ਆ ਰਿਹਾ ਹੈ ਦੂਸਰੇ ਪਾਸਿਓਂ ਵੀ ਇੱਕ ਹੋਰ ਸਿੱਖ ਆ ਰਿਹਾ ਹੈ ਉਹਨਾਂ ਦੋਨਾਂ ਦਾ ਆਪਸ ਵਿੱਚ ਕੋਈ ਲਿਖਾ ਹੈ ਉਹਨਾਂ ਦਾ ਕੋਈ ਝਗੜਾ ਹੈ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੈ ਪਰ ਸੰਗਤ ਨੂੰ ਆਦੇਸ਼ ਦਿੱਤਾ ਕਿ ਤੁਸੀਂ ਇਹਨਾਂ ਦਾ ਨਿਰਣਾ ਕਰੋ ਇਸ ਦਾ ਫੈਸਲਾ ਕਰੋ ਪਰ ਨਾਲ ਹੀ ਇਹ ਵੀ ਕਿਹਾ ਕਿ ਫੈਸਲਾ ਕਰਨ ਲੱਗਿਆਂ ਕੋਈ ਰਿਆਇਤ ਨਹੀਂ ਕਰਨੀ ਕੋਈ ਕਿਸੇ ਕਿਸਮ ਦੀ ਕੋਈ ਰਿਆਇਤ ਨਾ ਕਰਨੀ ਇਨਸਾਫ ਕਰਨਾ ਧਰਮ ਨਿਆਂ ਨੂੰ ਸਾਹਮਣੇ ਰੱਖਣਾ ਦਰਅਸਲ ਜੋ ਉਸ ਵੇਲੇ ਦੇ ਹਾਲਾਤ ਸਨ ਰਾਜੇ ਪਾਪ ਕਮਾਉਂਦੇ ਉਲਟੀ ਬਾੜ ਖੇਤ ਕੋ ਖਾਈ ब्राह्मण नावे जियां काए काजी होए रिश्वती वड्डी ਲੈ ਕੇ ਹੱਕ ਗਵਾਈ ਜਿਹੜੀਆਂ ਦੁਨਿਆਵੀ ਅਦਾਲਤਾਂ ਸਣ ਔਰ ਹਣ ਅਜੇ ਵੀ ਉਹ ਦੁਨਿਆਵੀ ਅਦਾਲਤਾਂ ਕਾਨੂੰਨ ਦੇ ਉੱਤੇ ਔਰ ਗਵਾਹਾਂ ਦੇ ਉੱਤੇ ਚਲਦੀਆਂ ਇਸੇ ਲਈ ਇਹਨਾਂ ਨੂੰ ਕੋਰਟ ਆਫ ਲਾਅ ਕਿਹਾ ਜਾਂਦਾ ਹੈ ਕੋਰਟ ਆਫ ਜਸਟਿਸ ਨਹੀਂ ਕਿਹਾ ਜਾਂਦਾ ਪਰ ਜਿਹੜੀ ਅਕਾਲ ਪੁਰਖ ਦੀ ਅਦਾਲਤ ਹੈ ਉਹ ਸੱਚ ਔਰ ਨਿਆਂ ਦੀ ਅਦਾਲਤ ਹੈ ਮਾਤਾ ਜੀ ਦੇ ਉਸ ਹੁਕਮਨਾਮੇ 'ਚ ਕਿੰਨੇ ਸੰਦੇਸ਼ ਪ੍ਰਾਪਤ ਹੁੰਦੇ ਹਨ ਕਿ ਜੇ ਸਿੱਖਾਂ ਦਾ ਆਪਸ ਵਿੱਚ ਝਗੜਾ ਹੋਏ ਤਾਂ ਫਿਰ ਤੁਸੀਂ ਉਸ ਨੂੰ ਦੁਨਿਆਵੀ ਅਦਾਲਤ ਵਿੱਚ ਨਾ ਲੈ ਕੇ ਜਾਓ ਤੁਸੀਂ ਸਿੱਖ ਆਪਸ ਵਿੱਚ ਮਿਲ ਬੈਠ ਕੇ ਉਹਦਾ ਨਿਆਂ ਕਰੋ ਸਮਝੌਤੇ ਦੀ ਗੱਲ ਨਹੀਂ ਕਹੀ ਇਹ ਵੀ ਬੜਾ ਵੱਡਾ ਪਲੇਖਾ ਹੈ ਜੇਕਰ ਦੋ ਵਿਅਕਤੀਆਂ ਦਾ ਝਗੜਾ ਹੈ ਤਾਂ ਉਹਨਾਂ ਦੋਨਾਂ 'ਚ ਜੋ ਸਹੀ ਹੈ ਉਸਨੂੰ ਸਹੀ ਕਹਿਣਾ ਔਰ ਜੋ ਗਲਤ ਹੈ ਉਸਨੂੰ ਗਲਤ ਕਹਿਣਾ ਇਹ ਇਨਸਾਫ ਹੈ ਇਹ ਨਿਆਂ ਹੈ ਇਹ ਧਰਮ ਹੈ ਪਰ ਇਹ ਕਹਿ ਦੇਣਾ ਕਿ ਤੁਸੀਂ ਦੋਨੋਂ ਮਿਲ ਜਾਓ ਜਫੀ ਵਾਲੋ ਹੱਥ ਮਿਲਾ ਲਓ ਇਹ ਨਾ ਇਨਸਾਫੀ ਹੈ ਇਹ ਗੈਰ ਧਾਰਮਿਕ ਕੰਮ ਹੈ ਜਿਹੜਾ ਮਹਾਨ ਸੰਦੇਸ਼ ਉਸ ਹੁਕਮਨਾਮੇ ਚੋਂ ਪ੍ਰਾਪਤ ਹੁੰਦਾ ਹੈ ਧਰਮ ਦੀ ਗੱਲ ਕੀਤੀ ਗਈ ਕਿ ਧਰਮ ਦੀ ਗੱਲ ਕਰੋ ਧਰਮ ਔਰ ਨਿਆਂ ਦੀ ਗੱਲ ਕਰੋ ਦਰਸ ਅਕਾਲ ਪੁਰਖ ਨਾਲ ਪ੍ਰਣਾਇ ਜਾਣ ਦੀ ਪਹਿਲੀ ਸ਼ਰਤ ਵੀ ਜਿਹੜੀ ਗੁਰੂ ਸਾਹਿਬ ਨੇ ਸਿੱਖ ਨੂੰ ਦਿੱਤੀ ਹੈ ਕਿ ਜੇ ਤੂੰ ਅਕਾਲ ਪੁਰਖ ਨਾਲ ਪ੍ਰਣਾਇ ਜਾਣਾ ਹੈ ਜੇ ਤੂੰ ਅਕਾਲ ਪੁਰਖ ਨੂੰ ਪ੍ਰਾਪਤ ਕਰਨਾ ਹੈ ਤਾਂ ਉਸ ਦੀਆਂ ਲਾਵਾਂ ਲੈ ਉਸ ਤੋਂ ਵਾਰਨੇ ਜਾ ਔਰ ਫਿਰ ਸੰਦੇਸ਼ ਕੀ ਹੈ ਹਰ ਪਹਿਲੜੀ ਲਾਉ ਪਰਵਿਰਤੀ ਕਰਮ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ বেদ ਧਰਮ ਦ੍ਰਿੜੋ ਪਾਪਤ ਜਾਇਆ ਬਲਰਾਮ ਜੀਓ ਧਰਮ ਨੂੰ ਧ੍ਰਿੜ ਕਰਨ ਲਈ ਫਿਰ ਪਾਪ ਨੂੰ ਛੱਡਣਾ ਪੈਣਾ ਹੈ। ਪਾਪ ਔਰ ਅਪਰਾਧ ਇਸ ਵਿਸ਼ੇ ਤੇ ਫਿਰ ਕਿਸੇ ਸਮੇਂ ਵਿਸਥਾਰ ਸਹਿਤ ਵਿਚਾਰਾਂਗੇ ਪਰ ਮਾਤਾ ਜੀ ਦਾ ਉਹ ਹੁਕਮਨਾਮਾ ਅਸੀਂ ਚਾਹਾਂਗੇ ਉਹ ਆਪ ਜੀ ਨੂੰ ਜ਼ਰੂਰ ਉਸ ਦੇ ਦਰਸ਼ਨ ਕਰਾਏ ਜਾਣ ਜਿਹੜਾ ਕਿ ਮਾਤਾ ਜੀ ਦਾ ਬਹੁਤ ਅਹਿਮ ਹੁਕਮਨਾਮਾ ਹੈ। ਮਾਤਾ ਸੁੰਦਰੀ ਜੀ ਨੇ ਜਿਹੜਾ ਹੁਕਮਨਾਮਾ 1723 ਈਸਵੀ ਨੂੰ ਜੋ ਜਾਰੀ ਕੀਤਾ ਇਹ ਪਟਨਾ ਸਾਹਿਬ ਵਿੱਚ ਸੁਰੱਖਿਅਤ ਪਿਆ ਹੈ ਇਸ ਦੀ ਇਬਾਰਤ ਹੈ ਇੱਕ ਓੰਕਾਰ ਸਤਿਗੁਰੂ ਸ੍ਰੀ ਮਾਤਾ ਜੀ ਦੀ ਆਗਿਆ ਹੈ ਭਾਈ ਚੈਨ ਸਿੰਘ ਭਾਈ ਪੋਪਤ ਸਿੰਘ ਭਾਈ ਸੰਗਤ ਸਿੰਘ ਭਾਈ ਆਲਮ ਸਿੰਘ ਭਾਈ ਮਨੀ ਸਿੰਘ ਸਰਬਤ ਖਾਲਸਾ ਅਕਾਲ ਪੁਰਖ ਜੀ ਕਾ ਗੁਰੂ ਰੱਖੇਗਾ ਗੁਰੂ ਗੁਰੂ ਜਪਣਾ ਜਨਮ ਸਵਰਨਾ ਜਨਮ ਸਵਾਰਨਾ ਭਾਈ ਲਾਲ ਪਾਲਾ ਤੁਹਾਡੇ ਪਾਸ ਆਏ ਹਨ ਭਾਈ ਸੰਗੋ ਨਾਲ ਉਨ੍ਹਾਂ ਲੇਖਾ ਹੈ ਸੋ ਸੰਗੋ ਵੀ ਤੁਹਾਡੇ ਪਾਸ ਆਵਤਾ ਹੈ ਸਰਬਤ ਖਾਲਸਾ ਵਾਹਿਗੁਰੂ ਜੀ ਦਾ ਹੈ ਜੋ ਕੁਝ ਵਾਜਵੀ ਗੱਲ ਹੋਵੇ ਸੋ ਕਰ ਦੇਵਣੀ ਰਿਆਇਤ ਕਿਸੇ ਕੀ ਨਹੀਂ ਕਰਨੀ ਤੁਹਾਡੇ ਸਭ ਮਨੋਰਥ ਪੂਰੇ ਹੋਣਗੇ ਧਰਮ ਨਿਆਂ ਕਰਕੇ ਫੈਸਲਾ ਕਰ ਦੇਵਣਾ ਨਿਹਾਲ ਹੋਵੋਗੇ ਮੇਰੀ ਖੁਸ਼ੀ ਹੈ ਨਿਹਾਲ ਹੋਏ ਬਹੁੜੀ ਹੋਵੇਗੀ ਤੱਕ 16 ਸੰਮਤ 1780 17 13 ਸੋ ਇਹ ਜਿਹੜਾ ਹੁਕਮਨਾਮਾ ਹੈ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਅੰਕਤ ਹਨ ਇੱਕ ਤਾਂ 17 ਤੱਕ ਉਸ ਵਿੱਚ ਅੰਕਤ ਕਰ ਦਿੱਤੀਆਂ ਗਈਆਂ ਹਨ ਕਿ ਕਿੰਨੀਆਂ 17 ਹਨ ਤਾਂ ਕਿ ਕੋਈ ਇੰਟਰਪੋਲੇਸ਼ਨ ਜਾਂ ਉਸ ਵਿੱਚ ਵਾਦ ਕਾਟ ਨਾ ਹੋ ਸਕੇ ਔਰ ਨਾਲ ਹੀ ਇਹ ਵੀ ਸੰਦੇਸ਼ ਹੈ ਕਿ ਜੇਕਰ ਕੋਈ ਤਕਰਾਰ ਹੈ ਕੋਈ ਵਿਵਾਦ ਹੈ ਤਾਂ ਉਸ ਨੂੰ ਹੱਲ ਕਿਸ ਤਰ੍ਹਾਂ ਕਰਨਾ ਹੈ ਗੁਰੂ ਨਾਨਕ ਸਾਹਿਬ ਵੇਲੇ ਵੀ ਵਿਵਾਦ ਹੋਏ ਗੁਰ ਅੰਗਦ ਦੇਵ ਜੀ ਵੇਲੇ ਵੀ ਵਿਵਾਦ ਹੋਏ ਗੁਰ ਅਮਰਦਾਸ ਜੀ ਵੇਲੇ ਵੀ ਵਿਵਾਦ ਹੋਏ ਗੁਰ ਰਾਮਦਾਸ ਜੀ ਵੇਲੇ ਵੀ ਵਿਵਾਦ ਹੋਏ ਵਿਵਾਦ ਹੋਣਾ ਜ਼ਰੂਰੀ ਹੈ ਪਰ ਇੱਕ ਗੱਲ ਬਹੁਤ ਸਾਫ਼ ਹੈ ਬਹੁਤ ਸਪਸ਼ਟ ਹੈ ਕਿ ਉਸ ਵੇਲੇ ਦੇ ਸਿੱਖ ਚੇਤਨ ਸਨ ਉਹ ਗੁਰੂ ਦੇ ਹੁਕਮ ਦੇ ਨਾਲ ਸਰਾਬੋਰ ਸਨ ਉਹ ਨਿਰਣਾ ਕਰਦੇ ਸਨ ਕਿ ਕੌਣ ਸਹੀ ਹੈ ਔਰ ਕੌਣ ਗਲਤ ਹੈ ਉਹ ਫੈਸਲਾ ਕਰਦੇ ਸਨ ਔਰ ਉਹ ਫੈਸਲਾ ਕਰਕੇ ਉਸ ਦੇ ਉੱਤੇ ਅਮਲ ਕਰਦੇ ਸਨ ਉਹਨਾਂ ਵਿੱਚ ਜੁਰਤ ਸੀ ਜਿਸ ਤਰ੍ਹਾਂ ਇਸ ਹੁਕਮਨਾਮੇ ਵਿੱਚ ਲਿਖਿਆ ਤੁਸੀਂ ਵਾਜਬ ਗੱਲ ਕਰਨੀ ਰਿਆਇਤ ਕਿਸੇ ਦੀ ਨਾ ਕਰਨੀ ਧਰਮ ਔਰ ਨਿਆਂ ਦੀ ਗੱਲ ਕਰਨੀ ਉਹ ਸਿੱਖ ਉਸ ਵੇਲੇ ਨਿਰਣਾ ਕਰਦੇ ਸੀ ਕਿ ਕੌਣ ਸਹੀ ਹੈ ਔਰ ਕੌਣ ਗਲਤ ਹੈ ਉਸ ਦੇ ਉੱਤੇ ਆ ਕੇ ਫਿਰ ਉਸ ਦਾ ਅਮਲ ਕਰਦੇ ਸਨ ਇਹ ਨਹੀਂ ਸੀ ਕਹਿੰਦੇ ਕਿ ਦੋਨੋਂ ਸਹੀ ਔਰ ਗਲਤ ਤੁਸੀਂ ਆਪਸ ਵਿੱਚ ਸਮਝੌਤਾ ਕਰ ਲਓ ਕਿਉਂਕਿ ਉਹ ਨਾ ਇਨਸਾਫੀ ਹੋਏਗੀ ਖਾਲਸਾ ਗੁਰੂ ਦਾ ਵਾਰਿਸ ਹੈ ਖਾਲਸਾ ਗੁਰੂ ਸਾਹਿਬ ਦਾ ਉਤਰਾਧਿਕਾਰੀ ਹੈ ਜਾਣ ਸ਼ੀਨ ਹੈ ਉਹ ਸਾਰੇ ਗੁਣ ਗੁਰਤਾ ਖਾਲਸੇ ਨੂੰ ਪ੍ਰਾਪਤ ਹੋਈ ਹੈ ਅਰਦਾਸ ਕਰੀਏ हे ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਵੀ ਤੌਫੀਕ ਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਡੇ ਪੰਥਕ ਆਗੂਆਂ ਨੂੰ ਪੰਥ ਨੂੰ ਗੁਰੂ ਪੰਥ ਨੂੰ ਔਰ ਹਰ ਥਾਂ ਦੇ ਉੱਤੇ ਜਿੱਥੇ ਵੀ ਕੋਈ ਵਿਵਾਦ ਹੈ ਜਿੱਥੇ ਕੋਈ ਝਗੜਾ ਹੈ ਇਹ ਮਾਤਾ ਸੁੰਦਰੀ ਜੀ ਦੇ ਹੁਕਮਨਾਮੇ ਦੇ ਵਿੱਚ ਉਹ ਜਿਹੜੇ ਅਸੂਲ ਦਿੱਤੇ ਗਏ ਹਨ ਉਹਨਾਂ ਅਸੂਲਾਂ ਨੂੰ ਆਧਾਰ ਬਣਾ ਕੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਧਰਮ ਨਿਆਉ ਦੀ ਗੱਲ ਕਰਕੇ ਵਾਜਬ ਤਰੀਕੇ ਦੇ ਨਾਲ ਉਹਨਾਂ ਨੂੰ ਅਪਣਾਈਏ ਔਰ ਗੁਰੂ ਖਾਲਸੇ ਦੇ ਫੈਸਲੇ ਗੁਰਦੁਆਰਾ ਸਾਬਾਨ ਦੇ ਫੈਸਲੇ ਧਰਮ ਦੇ ਫੈਸਲੇ ਧਾਰਮਿਕ ਅਦਾਲਤ ਵਿੱਚ ਤੈ ਹੋਣ ਨਾ ਕਿ ਕੋਰਟ ਆਫ ਲਾ ਦੇ ਵਿੱਚ ਹੋਣ ਉਹਨਾਂ ਦੇ ਵਿੱਚੋਂ ਫੈਸਲੇ ਤਾਂ ਮਿਲਣਗੇ ਪਰ ਉਹ ਧਰਮ ਦੀ ਗੱਲ ਵਿੱਚੋਂ ਉੜ ਜਾਏਗੀ ਸੋ ਅਸੀਂ ਕੁਝ ਹੋਰ ਮਤੇ ਔਰ ਹੁਕਮਨਾਮੇ ਔਰ ਗੁਰਮਤੇ ਆਪਣਾ ਸਾਂਝੀ ਕਰਾਂਗੇ ਹੁਣ ਸਮਾਂ ਹੈ ਇੱਕ ਛੋਟੇ ਜੇ ਬ੍ਰੇਕ ਦਾ ਉਸਦੇ ਬਾਅਦ ਮੜ ਆਪ ਬਸ ਹਾਜ਼ਰ ਹੁੰਦੇ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗ੍ਰਾਮ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਮਾਤਾ ਸੁન્દਰੀ ਜੀ ਦੇ ਉਸ ਹੁਕਮਨਾਮੇ ਨੂੰ ਅਸੀਂ ਬਾਚਿਆ ਜਿਹੜਾ ਸੰਸ 1700 23 ਦੇ ਵਿੱਚ ਮਾਤਾ ਜੀ ਨੇ ਜਾਰੀ ਕੀਤਾ। ਇੱਕ ਹੋਰ ਮਾਤਾ ਜੀ ਦਾ ਹੁਕਮਨਾਮਾ ਜੋ ਉਸ ਤੋਂ 7 ਸਾਲ ਬਾਅਦ ਸਤਾਰਾ ਸੋਤੀ ਦੇ ਵਿੱਚ ਇਹ ਪੱਟਨੇ ਦੇ ਵਿੱਚ ਇੱਕ ਰਕਾਬ ਗੰਜੇਗਾ ਔਰ ਉੱਥੇ ਰਕਾਬ ਗੰਜ ਤੇ ਸੰਗਤ ਨੂੰ ਗੁਰੂ ਮਾਤਾ ਜੀ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਜਿਸ ਤਰ੍ਹਾਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਗੁਰੂ ਦਾ ਪਰਿਵਾਰ ਸਿੱਖ ਹਨ ਗੁਰੂ ਸਾਹਿਬ ਨੇ ਸਿੱਖਾਂ ਨੂੰ ਆਪਣਾ ਪਰਿਵਾਰ ਕਰਕੇ ਪੁੱਤ ਭਾਈ ਕਰਕੇ ਮੁਖਾਤਬ ਕੀਤਾ ਹੈ ਸਿੱਖ ਦਾ ਮਾਤਾ ਪਿਤਾ ਸਾਰੇ ਗੁਰੂ ਸਾਹਿਬ ਹੀ ਹਨ ਉਸ ਪਰਿਵਾਰਕ ਸਾਂਝ ਨੂੰ ਪੂਰਾ ਕਰਨ ਲਈ ਮਾਤਾ ਜੀ ਨੇ ਔਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਵੀ ਜਦੋਂ ਵੀ ਸਿੱਖਾਂ ਨੂੰ ਮੁਖਾਤਬ ਕੀਤਾ ਇਹੀ ਕਿਹਾ ਕਿ ਤੁਸੀਂ ਮੇਰੇ ਪੁੱਤ ਹੋ ਤੁਸੀਂ ਮੇਰੇ ਫਰਜ਼ੰਦ ਹੋ ਤੁਸੀਂ ਮੇਰੇ ਬੱਚੇ ਹੋ ਔਰ ਇਸ ਦੇ ਨਾਲ ਹੀ ਸਿੱਖਾਂ ਦੀਆਂ ਕਈ ਦਫਾ ਜ਼ਰੂਰਤ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਫਰਜ਼ ਵੀ ਗੁਰੂ ਸਾਹਿਬ ਦੀ ਪਰੰਪਰਾ ਮੁਤਾਬਕ ਰਿਹਾ ਹੈ ਲੋੜਵੰਦ ਦੀ ਮਦਦ ਕਰਨਾ ਇਹ ਯੋਗ ਹੈ ਦਾਨ ਜ਼ਰੂਰੀ ਹੈ ਪਰ ਲੋੜਵੰਦ ਕੌਣ ਹੈ ਅਕਾਰਤ ਨਾ ਚਲਾ ਜਾਏ ਅਜਾਇਆ ਨਾ ਚਲਾ ਜਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਹਨਾਂ ਦੇ ਇੱਕ ਸਾਖੀ 'ਚ ਜ਼ਿਕਰ ਆਉਂਦਾ ਹੈ ਕਿ ਕੋਈ ਸਿੱਖ ਉਹਨਾਂ ਦੇ ਕੋਲ ਕੋਈ ਮਾਇਆ ਲੈ ਕੇ ਆਇਆ ਔਰ ਕਹਿਣ ਲੱਗਾ ਕਿ ਮੈਂ ਇਹ ਪੇਟਾ ਕਰਨਾ ਚਾਹੁੰਦਾ ਹਜ਼ੂਰ ਨੇ ਕਿਹਾ ਕਿ ਤੂੰ ਕਿਸੇ ਲੋੜਵੰਤ ਨੂੰ ਦੇ ਆ ਤਾਂ ਬਾਅਦ ਵਿੱਚ ਜਿਸ ਨੇ ਵਾਪਸ ਆਇਆ ਕਹਿਣ ਲੱਗਾ ਹਾਂ ਮੈਂ ਦੇ ਆਇਆ ਸਤਿਗੁਰੂ ਨੇ ਕਿਹਾ ਕਿਸ ਨੂੰ ਦੇ ਕੇ ਆਇਆ ਕਹਿਣ ਲੱਗਾ ਉਹ ਫਲਾਣੀ ਥਾਂ ਦੇ ਉੱਤੇ ਇੱਕ ਕਟਿਆ ਹੈ ਟੁੱਟਾ ਜਿਹਾ ਇੱਕ ਘਰ ਸੀ ਉਸ ਦੇ ਵਿੱਚ ਕੋਈ ਵਿਅਕਤੀ ਸੀ ਬੁਰੇ ਹਾਲ ਵਿੱਚ ਮੈਂ ਉਸ ਨੂੰ ਦੇ ਆਇਆ ਹਜ਼ੂਰ ਮੁਸਕਰਾ ਪਏ ਕਹਿਣ ਲੱਗੇ ਇੱਕ ਵਾਰ ਜਾ ਕੇ ਉੱਥੇ ਦੇਖ ਚਾਤੀ ਮਾਰ ਜਦੋਂ ਉਸ ਨੇ ਦੇਖਿਆ ਤਾਂ ਉਹ ਵਿਅਕਤੀ ਉਸ ਤੋਂ ਪਹਿਲਾਂ ਇਕੱਠੀ ਹੋਈ ਮਾਇਆ ਔਰ ਉਹ ਸਾਰੀ ਲੈ ਕੇ ਗਿੰੜ ਰਿਹਾ ਸੀ ਉਸ ਨੂੰ ਬੜਾ ਅਫਸੋਸ ਹੋਇਆ ਕਿ ਇਹ ਅਕਾਰਤ ਦਿੱਤਾ ਹੈ ਸਕਾਰਥਾ ਨਹੀਂ ਹੈ ਸਤਿਗੁਰੂ ਨੂੰ ਪੁੱਛਣ ਲੱਗਾ ਫਿਰ ਲੋੜਵੰਦ ਕੌਣ ਹੈ ਉਹਨਾਂ ਨੇ ਇਸ਼ਾਰਾ ਕੀਤਾ ਇੱਕ ਸਿੱਖ ਜੋ ਵੈਸੇ ਤਾਂ ਸਧਾਰਨ ਕੱਪੜੇ ਸੀ ਸਾਫ ਸੁਥਰਾ ਸੀ ਆਪਣੇ ਘੋੜੇ ਦੇ ਨਾਲ ਗਲੇ ਨਾਲ ਲੱਗ ਕੇ ਕੁਝ ਗੱਲਾਂ ਕਰ ਰਿਹਾ ਸੀ ਤਾਂ ਹਜ਼ੂਰ ਨੇ ਕਿਹਾ ਉਹਦੇ ਕੋਲ ਜਾ ਕੇ ਸੁਣੋ ਕੀ ਕਹਿ ਰਿਹਾ ਜਦੋਂ ਉਸਨੇ ਸੁਣਿਆ ਤਾਂ ਉਹ ਕਹਿ ਰਿਹਾ ਸੀ ਜਾਨ ਪਾਈ ਪੁਰਾਣੀ ਸਿੰਘ ਆਪਣੇ ਕੋੜੇ ਨੂੰ ਜਾਨ ਭਾਈ ਕਹਿੰਦੇ ਸੀ ਉਹ ਕਹਿ ਰਿਹਾ ਸੀ ਜਾਨ ਭਾਈ ਮੈਨੂੰ ਵੀ ਕਈ ਦਿਨ ਤੋਂ ਕੁਝ ਨਹੀਂ ਮਿਲਿਆ ਇੱਕ ਗੱਲ ਦਾ ਵਾਅਦਾ ਹੈ ਜਦੋਂ ਮੈਨੂੰ ਕੁਝ ਮਿਲੇਗਾ ਪਹਿਲਾਂ ਮੈਂ ਤੈਨੂੰ ਦੇਾਂਗਾ ਖਾਣ ਨੂੰ ਫਿਰ ਆਪ ਖਾਵਾਂਗਾ ਸੋ ਲੋੜਵੰਦ ਵੀ ਵੇਖਣਾ ਇਹ ਮਾਇਆ ਗੁਰੂ ਦੀ ਹੈ ਅਕਰਤ ਦੇਣ ਦਾ ਵੀ ਇਸ ਦਾ ਕੋਈ ਲਾਭ ਨਹੀਂ ਸੋ ਮਾਤਾ ਜੀ ਨੇ ਮਾਤਾ ਸੁੰਦਰੀ ਜੀ ਨੇ ਇਸ ਹੁਕਮਨਾਮੇ ਰਾਹੀਂ ਪਟਨੇ ਦੀ ਸੰਗਤ ਨੂੰ ਇੱਕ ਹੁਕਮ ਭੇਜਿਆ ਕਿ ਪਾਈ ਨੂਪੇ ਦੀ ਲੜਕੀ ਦਾ ਆਨੰਦ ਕਾਰਜ ਹੈ ਔਰ ਉਸ ਨੂੰ 25 ਰੁਪਏ ਦੀ ਦਰਕਾਰ ਹੈ ਔਰ ਮਾਤਾ ਜੀ ਨੇ ਪਟਨੇ ਦੀ ਸੰਗਤ ਨੂੰ ਇਹ ਹੁਕਮਨਾਮੇ ਵਿੱਚ ਲਿਖਿਆ ਇੱਕ ਓੰਕਾਰ ਸਤਿਗੁਰੂ ਜੀ ਸ੍ਰੀ ਮਾਤਾ ਜੀ ਦੀ ਆਗਿਆ ਹੈ ਪਾਈ ਨੰਦ ਰੂਪ ਸਿੰਘ भाई तारा सिंह भाई राजा सिंह भाई बुद्ध सिंह भाई मनु सिंह भाई राम सिंह भाई सिंह भाई वीरू सिंह भाई उदय सिंह भाई लीला सिंह भाई बदली सिंह भाई बख्शी सिंह भाई सिंह भाई सागर सिंह भाई देवा भाई सूरत सिंह भाई रामजी सिंह भाई जग सिंह भाई गुरबख्श टिकड़िया भाई जट्टू सिंह भाई दान ਸਰਬਤਰ ਖਾਲਸਾ ਵਾਸੀ ਪਟਨੇ ਰਕਾਬगंज ਦਾ ਗੁਰੂ ਰੱਖੇਗਾ ਗੁਰੂ 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 ਜਪਣਾ ਜਨਮ ਸਵਾਰਨਾ 25 ਰੁਪਏ ਬੇਬੇ ਨੂਪੇ ਦੀ ਲੜਕੀ ਨੇ ਵਿਆਹ ਨੂੰ ਬਖਸ਼ੇ ਹਨ ਤੁਸਾਂ ਹੁਕਮ ਦੇਖਦੇ 25 ਰੁਪਏ ਨੂਪੀ ਨੂੰ ਦੇਵਣੇ ਨਿਹਾਲ ਹੋਵੋਗੇ ਤੁ ਸਾਡੀ ਖੱਟੀ ਕਮਾਈ ਵਿੱਚ ਗੁਰੂ ਬਰਕਤ ਪਾਵੇਗਾ ਤੁਸੀਂ ਮੇਰੇ ਪੁੱਤ ਫਰਜੰਦ ਹੋ ਤੁਸਾਂ ਉੱਪਰ ਮੇਰੀ ਬਹੁਤ ਖੁਸ਼ੀ ਹੈ ਤੋ ਸਾਡੇ ਸਭੇ ਮਨੋਰਥ ਗੁਰੂ ਪੂਰੇ ਕਰੇਗਾ ਸਿੱਖਾਂ ਪੁੱਤਾਂ ਦੀ ਸੇਵਾ ਦਾ ਵੇਲਾ ਹੈ ਲੋਚ ਕੇ ਸੇਵਾ ਕਰੋਗੇ ਤਾਂ ਸਾਡੀ ਸੇਵਾ ਦਰਗਾਹੇ ਥਾਂ ਪਵੇਗੀ ਹੁਣ ਇਸ ਦੇ ਵਿੱਚ ਜਿਹੜੀ ਵਿਚਾਰਨ ਵਾਲੀ ਗੱਲ ਹੈ ਮਾਤਾ ਜੀ ਇਹ ਕਹਿ ਰਹੇ ਹਨ ਹੁਕਮ ਦੇਖਦੇ ਹੀ ਇਹ ਸੇਵਾ ਕਰਨੀ ਤੁਸੀਂ ਮੇਰੇ ਪੁੱਤਰ ਹੋ ਔਰ ਇਹ ਲੋੜਵੰਦ ਹੈ ਲੋੜ ਲੋਚ ਕੇ ਸੇਵਾ ਕਰਨੀ ਸੇਵਾ ਵੀ ਕਰਨੀ ਹੈ ਤਾਂ ਉਸ ਨੂੰ ਦੇਖ ਕੇ ਕਿ ਕਿਹੜੀ ਥਾਂ ਦੇ ਉੱਤੇ ਸੇਵਾ ਕਰਨੀ ਹੈ ਇਸ ਦੇ ਰਾਹੀਂ ਇੱਕ ਸੰਦੇਸ਼ ਹੈ ਔਰ ਇੱਕ ਹੋਰ ਬਹੁਤ ਅਹਿਮ ਜਿਹੜਾ ਸੰਦੇਸ਼ ਇਸ ਹੁਕਮਨਾਮੇ ਰਾਹੀਂ ਪ੍ਰਾਪਤ ਹੁੰਦਾ ਹੈ ਕਿ ਆਪ ਦੇਖ ਰਹੇ ਹੋ तकरीबन ਇੱਕ ਦਰਜਨ ਸਿੱਖਾਂ ਦੇ ਨਾਮ ਬਾਈ ਨੇਮ ਜਿਸ ਨੂੰ ਕਿਹਾ ਜਾਂਦਾ ਹੈ ਉਹ ਨਾਂ ਕਰਕੇ ਮੁਖਾਤਬ ਕਰਕੇ ਮਾਤਾ ਜੀ ਨੇ ਉਹ ਪਟਨੇ ਦੇ ਉਹਨਾਂ ਸਿੱਖਾਂ ਨੂੰ ਨਾ ਕਰਕੇ ਮੁਖਾਤਬ ਕਰਕੇ ਹੁਕਮਨਾਮਾ ਜਾਰੀ ਕੀਤਾ ਇਹਦਾ ਮਤਲਬ ਮਾਤਾ ਜੀ ਦਾ ਉਹਨਾਂ ਸਿੱਖਾਂ ਨਾਲ ਸਿੱਖਾਂ ਦਾ ਗੁਰੂ ਘਰ ਨਾਲ ਉਹ ਰਿਸ਼ਤਾ ਕਿਤਨਾ ਪੀੜਾ ਸੀ ਉਹ ਕਿਤਨਾ ਨਿੱਜੀ ਸੀ ਔਰ ਕਿਤਨੇ ਮੁਬਾਰਕ ਸਨ ਜਿਨ੍ਹਾਂ ਸਾਰੇ ਸਿੱਖਾਂ ਨੂੰ ਇਸ ਪੂਰੀ ਸੰਗਤ ਨੂੰ ਇਹ ਹੁਕਮ ਪ੍ਰਾਪਤ ਹੋਇਆ ਇਹਨਾਂ ਹੁਕਮਨਾਮਿਆਂ ਦੀ ਅਹਿਮੀਅਤ ਇਹ ਹੈ ਕਿ ਅਸੀਂ ਇਹਨਾਂ ਦੇ ਵਿੱਚੋਂ ਉਹ ਸੰਦੇਸ਼ ਲੈਣੇ ਹਨ ਜਿਹੜਾ ਸੰਦੇਸ਼ ਇਹ ਹੁਕਮਨਾਮੇ ਦਿੰਦੇ ਹਨ ਇਸ ਤੋਂ ਉਪਰੰਤ ਇੱਕ ਹੋਰ ਹੁਕਮਨਾਮਾ ਹੋਰ ਜਿਹੜਾ ਅਸੀਂ ਮਾਤਾ ਸਾਹਿਬ ਦੇਵਾ ਜੀ ਦਾ ਹੈ ਮਾਤਾ ਜੀ ਜਦੋਂ ਵੀ ਹੁਕਮਨਾਮਾ ਜਾਰੀ ਕਰਦੇ ਸੀ ਜਿਸ ਤਰ੍ਹਾਂ ਗੁਰੂ ਕਲਗੀ ਤਰਪੇ ਥਾ ਜਿਵੇਂ ਇੱਥੇ ਵੀ ਲੋਕੋ ਦੇ ਵਿੱਚ ਆਪ ਵੇਖ ਰਹੇ ਹੋ ਇੱਕ ਓੰਕਾਰ ਦੇ ਉੱਤੇ ਵੀ ਇੱਕ ਸ੍ਰੀ ਸਾਹਿਬ ਦਾ ਚਿੰਨ ਹੈ ਇੱਕ ਲਕੀਰ ਦੇ ਕੇ ਉਸ ਦੇ ਉੱਤੇ ਕਰਾਸ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਸਾਹਿਬ ਦਾ ਚਿੰਨ ਬਣਾਉਂਦੇ ਸੀ ਮਾਤਾ ਸਾਹਿਬ ਦੇਵਾ ਜੀ ਵੀ ਖਾਲਸੇ ਦੀ ਮਾਤਾ ਉਹ ਵੀ ਆਪਣੇ ਹੁਕਮਨਾਮੇ ਦੇ ਵਿੱਚ ਉਹੀ ਚਿੰਨ ਅੰਕਤ ਕਰਦੇ ਸਨ ਮਾਤਾ ਜੀ ਨੇ ਵੀ ਇਹ ਜਿਹੜਾ ਹੁਕਮਨਾਮਾ ਹੈ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਦੇ ਵਿੱਚ ਸੁਰੱਖਿਅਤ ਹੈ ਔਰ ਇਸ ਵਿੱਚ ਉਹਨਾਂ ਨੇ ਇਹ ਲਿਖਿਆ ਹੈ ਸ੍ਰੀ ਮਾਤਾ ਜੀ ਦੀ ਆਗਿਆ ਹੈ ਭਾਈ ਮਾਨ ਸਿੰਘ ਗੁਰੂ ਰੱਖੇਗਾ ਗੁਰੂ ਗੁਰੂ ਜਪਣਾ ਜਨਮ ਸਵਾਰਣਾ ਅੱਗੇ ਪਾਈ ਬਿੰਤੇ ਦੀ ਮਾਰਫਤ ਖੂ ਪੁੱਟਣ ਸੇਖ ਫਰੀਦ ਦੇ ਵਿੱਚ ਨਵਾਂ ਬਣਵਾਏ ਦੇਣਾ ਜੋ ਕੁਛ ਲੱਗੇ ਸੋ ਸਰਕਾਰ ਦੇ ਲੇਖੇ ਲਾਵਣਾ ਜੋ ਸਿੱਖ ਪਾਣੀ ਪੀਣ ਜੀਵਨਗੇ ਪਲਾ ਹੋਗ ਤੁਮਨੋ ਲਿਖਾ ਹੈ ਖੂ ਹੱਛਾ ਬਣਾਵਣਾ ਬਣਾਏ ਦੇਵਣਾ ਸੰਮਤ 1791 ਮਾਗ 17 8 ਇਸ ਹੁਕਮਨਾਮੇ ਦੇ ਵਿੱਚ ਵੀ ਆਪ ਵੇਖ ਰਹੇ ਹੋ ਕਿ ਨਿੱਜੀ ਤੌਰ ਦੇ ਉੱਤੇ ਸੰਗਤ ਦੇ ਨਿੱਜੀ ਤੌਰ ਦੇ ਉੱਤੇ ਕਿਸੇ ਗੁਰਸਿੱਖ ਦੇ ਉਹਨਾਂ ਕਾਰਜਾਂ ਲਈ ਵੀ ਗੁਰੂ ਘਰ ਵੱਲੋਂ ਇਹ ਹੁਕਮ ਇਹ ਫਰਮਾਇਸ਼ ਇਹ ਤਾਂਕੀ ਜਾਰੀ ਹੁੰਦੀ ਸੀ ਕਿ ਅਸੀਂ ਉਹ ਪਰੰਪਰਾ ਅੱਜ ਕਾਇਮ ਰੱਖੀ ਹੈ ਕਿ ਅਸੀਂ ਉਸ ਚੀਜ਼ ਦੇ ਉੱਤੇ ਕੁਝ ਅਮਲ ਕੀਤਾ ਹੈ ਕਿ ਉਹ ਜਿਹੜਾ ਤਰੀਕਾ ਮਾਤਾ ਜੀ ਨੇ ਗੁਰੂ ਘਰ ਵੱਲੋਂ ਗੁਰੂ ਸਾਹਿਬ ਨੇ ਉਹ ਜਿਹੜੇ ਹੁਕਮਨਾਮੇ ਜਾਰੀ ਕੀਤੇ ਸੋ ਲੋੜ ਇਸ ਗੱਲ ਦੀ ਹੈ ਕਿ ਇਹਨਾਂ ਹੁਕਮਨਾਮਿਆਂ ਦੇ ਰਾਹੀਂ ਉਸ ਸੰਦੇਸ਼ ਨੂੰ ਪ੍ਰਾਪਤ ਕਰਨਾ ਉਸ ਸੰਦੇਸ਼ ਨੂੰ ਹਾਸਲ ਕਰਨਾ ਔਰ ਉਸ ਸੰਦੇਸ਼ ਨੂੰ ਅਮਲ ਵਿੱਚ ਕਰਨਾ ਇਹ ਹੁਕਮਨਾਮੇ ਸਾਡੇ ਲਈ ਬਹੁਤ ਅਹਿਮ ਹਨ ਹਰ ਸਿੱਖ ਦੇ ਕੋਲ ਪਹੁੰਚ ਨਹੀਂ ਸੀ ਇਹਨਾਂ ਹੁਕਮਨਾਮਿਆਂ ਨੂੰ ਦੀਦਾਰ ਕਰ ਸਕਦਾ ਸ਼੍ਰੋਮਣੀ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਨੇ ਹੋਰ ਤਖਤ ਸਹਿਬਾਨ ਦੇ ਸਹਿਯੋਗ ਦੇ ਨਾਲ ਹੋਰ ਨਿਜੀ ਗੁਰੂ ਘਰਾਂ ਦੇ ਵਿੱਚ ਨਿਜੀ ਤਖਤਾਂ ਦੇ ਤਖਤਾਂ ਦੇ ਵਿੱਚ ਤਖਤ ਸਹਿਬਾਨ ਵਿੱਚ ਜਾਂ ਨਿਜੀ ਘਰਾਣਿਆਂ ਦੇ ਵਿੱਚ ਵੀ ਜਿਹੜੇ ਹੁਕਮਨਾਮੇ ਸਨ ਉਹ ਸਾਰੇ ਇਕੱਤਰ ਕਰਕੇ ਉਹ ਹੁਣ ਉਪਲਬਧ ਹਨ ਸਾਡੀ ਜਸ ਪੰਜਾਬੀ ਰਾਹੀਂ ਆਪ ਤੱਕ ਇਹਨਾਂ ਨੂੰ ਪੇਸ਼ ਕਰਨ ਦੇ ਆਸੀਂ ਖੁਸ਼ੀ ਲੈਂਦੇ ਹਾਂ ਪਰ ਇਹਨਾਂ ਨੂੰ ਵਿਚਾਰਨਾ ਇਨ੍ਹਾਂ ਦੇ ਵਿੱਚ ਅੰਕਤ ਸੰਦੇਸ਼ ਨੂੰ ਕਿਉਂਕਿ ਇੱਕ ਬਹੁਤ ਵੱਡਾ ਸਰੋਤ ਹੈ ਗੁਰਮੁਖੀ ਦੇ ਵਿਕਾਸ ਪਾਸ਼ਾ ਦੇ ਵਿਕਾਸ ਸਮਾਜਿਕ ਹਾਲਾਤ ਦੇ ਵਿੱਚ ਰਾਜਨੀਤਿਕ ਹਾਲਾਤ ਬਾਰੇ ਉਹ ਸਾਰਾ ਕੁਝ ਬਹੁਤ ਵੱਡੇ ਸੰਦੇਸ਼ ਇਹ ਹੁਕਮਨਾਮੇ ਸਾਡੇ ਤੱਕ ਪਹੁੰਚਾ ਰਹੇ ਹਨ ਹੁਣ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ ਆਪ ਸਾਨੂੰ ਸਟੂਡੀਓ ਦੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਜੋ ਸਟੂਡੀਓ ਦੇ ਨੰਬਰ ਹਨ 7187865221 ਦੇ ਉੱਤੇ ਜੇ ਚਾਹੋ ਤਾਂ ਆਪਣਾ ਕੋ ਸੰਦੇਸ਼ ਦੇ ਕੇ ਟੈਲੀਫੋਨ ਕਾਲ ਕਰ ਸਕਦੇ ਹੋ ਤਾਂ ਕਿ ਹੋਰ ਅਸੀਂ ਕਿਸ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਕੀ ਆਪ ਜੀ ਉਮੀਦ ਕਰਦੇ ਹੋ ਇੱਕ ਬ੍ਰੇਕ ਲਵਾਂਗੇ ਉਸ ਤੋਂ ਬਾਅਦ ਅਸੀਂ ਅਗਲੇ ਪੜਾਅ ਵੱਲ ਵਧਾਂਗੇ ਛੋਟਾ ਜਿਹਾ ਬ੍ਰੇਕ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਲੈ ਕੇ ਮੈਂ ਗੁਰਚਰਨਜੀਤ ਸਿੰਘ ਲਾਂਬਾ ਜੱਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦੇ ਕੋਲ ਹਾਜ਼ਰ ਹਾਂ ਅਸੀਂ ਗੁਰੂ ਸਾਹਿਬ ਦੇ ਹੁਕਮਨਾਮੇ ਮਾਤਾ ਜੀ ਦੇ ਹੁਕਮਨਾਮੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮਨਾਮੇ ਉਹਨਾਂ ਦਾ ਸੰਦੇਸ਼ ਉਸ ਤੇ ਅਸੀਂ ਦੀਦਾਰ ਕੀਤੇ ਉਸ ਪਰੰਪਰਾ ਨੂੰ ਉਸ ਅਧਿਕਾਰ ਨੂੰ ਜਿਹੜਾ ਗੁਰੂ ਖਾਲਸੇ ਨੂੰ ਪ੍ਰਾਪਤ ਹੋਇਆ ਜਿਸ ਨੂੰ ਪੰਥ ਤੋਂ ਗੁਰੂ ਪੰਥ ਬਣਾ ਦਿੱਤਾ ਗਿਆ ਉਸ ਗੁਰੂ ਪੰਥ ਨੇ ਵੀ ਹੁਕਮਨਾਮੇ ਜਾਰੀ ਕੀਤੇ ਜਿਹੜੇ ਹੁਕਮਨਾਮੇ ਅੱਜ ਵੀ ਗੁਰੂ ਦੇ ਹੁਕਮ ਦੀ ਉਹ ਤਾਸੀਰ ਰੱਖਦੇ ਹਨ ਉਹ ਅਸਰ ਰੱਖਦੇ ਹਨ ਉਹ ਸਮੇਂ-ਸਮੇਂ ਸਿਰ ਜਾਰੀ ਹੋਏ ਹੁਕਮਨਾਮਿਆਂ ਨੂੰ ਅਸੀਂ ਜ਼ਰੂਰ ਵਿਚਾਰਾਂਗੇ ਪਰ ਆਪ ਦੇ ਵਿਚਾਰ ਉਹ ਵੀ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਵੀ ਗੁਰੂ ਪੰਥ ਦਾ ਸੰਦੇਸ਼ ਹੈ ਹੈਲੋ ਹੈਲੋ ਹਾਂਜੀ ਹਾਂਜੀ ਮੈਂ ਲੰਮਾ ਪਾਸ ਜੀ ਕੌਣ ਬੋਲ ਰਹੇ ਹੋ ਜੀ ਮੈਂ ਹਰਪਾਲ ਸਿੰਘ ਆ ਸਿਖਾਗੋ ਜੀ ਹਾਂ ਜੀ ਹਰਪਾਲ ਸਿੰਘ ਜੀ ਹਾਂ ਜੀ ਮੈਂ ਤੁਹਾਨੂੰ ਪੁਆਇੰਟ ਆਊਟ ਕਰਨਾ ਸੀ ਕਿ ਸਹੀ ਨੈਪ ਤੋਂ ਤੁਹਾਡਾ ਕਹਿੰਦਾ ਕਿ ਤੁਸੀਂ ਮਾਤਾ ਸੁੰਦਰੀ ਮਾਤਾ ਸੁੰਦਰੀ ਕਹਿ ਰਹੇ ਹੋ ਮੈਂ ਬਿਲਕੁਲ ਇਸ ਦਾ ਜਵਾਬ ਵੀਰ ਜੀ ਅਸੀਂ ਅੱਗੇ ਵੀ ਦੇ ਚੁੱਕੇ ਹਾਂ ਕਿਉਂਕਿ ਜਿੰਨੇ ਪੁਰਾਤਨ ਰਿਕਾਰਡ ਹੈ ਉਹਦੇ ਵਿੱਚ ਗੁਰੂ ਸਾਹਿਬ ਦੇ ਵੇਲੇ ਦੇ ਵੀ ਬਾਅਦ ਵਿੱਚ ਵੀ ਉਹਨਾਂ ਵਿੱਚ ਸੁੰਦਰੀ ਹੀ ਲਿਖਿਆ ਹੈ ਮਾਤਾ ਸਾਹਿਬ ਦੇਵੀ ਲਿਖਿਆ ਹੈ ਅਸੀਂ ਉਸ ਵਿੱਚ ਤਬਦੀਲੀ ਨਹੀਂ ਕਰ ਸਕਦੇ ਅਸੀਂ ਉਸ ਦੇ ਵਿੱਚ ਜੋ origignal ਹੈ ਅਸੀਂ ਸਤਕਾਰ ਨਾਲ ਉਹਨਾਂ ਨੂੰ ਜਿਸ ਤਰ੍ਹਾਂ ਵੀ ਪਿਛਲੀ ਵਾਰ ਵੀ ਹੋਇਆ ਸੀ ਕਿ ਕੁਝ ਜ਼ਿਆਦਾ ਉਤਸ਼ਾਹੀ ਉਹਨਾਂ ਨੇ ਕਿਹਾ ਜੀ ਗੁਰਨਾਨਕ ਦੇਵ ਵੀ ਉਹ ਸਿੰਘ ਬੁਕੇ ਮਿਰਗਾਵਲੀ ਉਹਨਾਂ ਨੂੰ ਵੀ ਕਰ ਦਿੱਤਾ ਜਾਏ ਗੁਰਨਾਨਕ ਸਿੰਘ ਸੋ ਜਿਵੇਂ ਭਾਈ ਆਨੰਦ ਲਾਲ ਨੂੰ ਸੁਣੋ ਆਨੰਦ ਲਾਲ ਤੁਮ ਸਾਚ ਗੁਰੂ ਸਾਹਿਬ ਨੇ ਖੁਦ ਲਿਖਿਆ ਆਪਣੀ ਕਲਮ ਨਾਲ ਉਹਨਾਂ ਕੋਲੋਂ ਰਹਿਤਨਾਮਾ ਵੀ ਲਿਖਵਾਇਆ ਸੋ ਉਹ ਇਤਿਹਾਸ ਦੇ ਵਿੱਚ ਹੈ ਸਾਡਾ ਸਿਰਫ ਪੱਖ ਜਿਹੜਾ ਹੈ ਉਹ ਮਾਤਾ ਜੀ ਦਾ ਜਿਹੜਾ ਨਾਮ ਉਹਦੇ ਵਿੱਚ ਅੰਕਤ ਹੈ ਰਿਕਾਰਡ ਦੇ ਵਿੱਚ ਇਤਿਹਾਸ ਵਿੱਚ ਅਸੀਂ ਉਸ ਨੂੰ ਚੇਂਜ ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਮੇਰੀ ਇਹ ਸਹੀ ਕਿ ਜਿਹੜਾ ਉਹਨਾਂ ਨੇ ਸ੍ਰੀ ਨਾਥਕ ਮਾਤਾ ਸੁੰਦਰ ਕੌਰ ਸੀ ਮਾਤਾ ਗੁਜਰ ਕੌਰ ਸੀ ਇਹ ਇਹ ਮੈਂ ਇੱਕ ਬਿਲਕੁਲ ਸਪਸ਼ਟ ਕਰਦੇ ਆ ਕਿਸੇ ਵੀ ਇਤਿਹਾਸਕ ਰਿਕਾਰਡ ਵਿੱਚ ਸਾਨੂੰ ਨਜ਼ਰ ਨਹੀਂ ਆਇਆ ਕਿਦਰੇ ਗੁਜਰ ਕੌਰ ਜਾਂ ਅਗਰ ਕੋਈ ਸੁੰਦਰ ਕੌਰ ਹੋਏ ਅਗਰ ਆਪ پاس ਹੋਏ ਜ਼ਰੂਰ ਸਾਨੂੰ ਦੇਣਾ ਅਸੀਂ ਨਾ ਕੇਵਲ ਉਸ ਨੂੰ ਨਸ਼ਰ ਕਰਾਂਗੇ ਬਲਕਿ ਉਸ ਦਾ ਪ੍ਰਚਾਰ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ ਹੈਲੋ 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 ਅਨ ਸਤਿ ਸ਼ਕਾਲ ਜੀ ਸਤਿ ਸ਼ਕਾਲ ਕੌਣ ਬੋਲ ਰਹੀ ਜੀ ਮੈਂ ਰਣਬੀਰ ਸਿੰਘ ਰਾਣਾ ਬੋਲ ਰਿਹਾ ਜੀ ਲਾਸ ਏਂਜਲਸ ਤੋਂ ਹਾਂਜੀ ਹਾਂਜੀ ਰਾਣਾ ਜੀ ਕੀ ਹਾਲ ਹੈ ਹਾਂਜੀ ਜੀ ਐਨ ਜੀ ਠੀਕ ਹੈ ਜੀ ਹਾਂਜੀ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਤੁਸੀਂ ਗੁਰੂ ਸਾਹਿਬ ਦੇ ਹੁਕਮਨਾਮਾ ਸਾਨੂੰ ਦਰਸ਼ਨ ਕਰਾ ਰਹੇ ਹਿੱਥੇ ਬੈਠੇ ਜੀ ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਹਾਂਜੀ ਮੈਂ ਇਹ ਪੁੱਛਣਾ ਚਾਹਦਾ ਸੀ ਕਿ ਕੋਈ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਨੇ ਕੋਈ ਐਸੀ ਬੁੱਕ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਸਾਰੇ ਹੁਕਮਨਾਮੇ ਹੋਣ ਅ ਸ਼ਮਸ਼ੀਰ ਸਿੰਘ ਅਸ਼ੋਕ ਜੀ ਦੀ ਕਿਤਾਬ ਸੀ ਜਿਹੜੀ ਕਿ ਉਹਨਾਂ ਨੇ ਕੀਤੀ ਸੀ ਕਿ ਉਹਨਾਂ ਨੇ ਕੁਝ ਹੁਕਮਨਾਮੇ ਇਕੱਤਰ ਕੀਤੇ ਸੀਗੇ ਔਰ ਉਸ ਤੋਂ ਬਾਅਦ ਜਿਹੜਾ ਦੂਸਰਾ ਉਪਰਾਲਾ ਗੰਭੀਰ ਤੌਰ ਦੇ ਉੱਤੇ ਹੋਇਆ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਤਾਂ ਗੁਰਤੇਗ ਬਹਾਦਰ ਸਾਹਿਬ ਦੇ ਹੁਕਮਨਾਮੇ ਸਾਰੇ ਇਕੱਤਰ ਕੀਤੇ ਔਰ ਉਸ ਦੇ ਇਲਾਵਾ ਡਾਕਟਰ ਗੰਡਾ ਸਿੰਘ ਉਹ ਜਿਹੜੀ ਸੀ ਸ਼ਾਇਦ ਡਾਕਟਰ ਫੌਜਾ ਸਿੰਘ ਦੀ ਸੰਪਾਦਿਤ ਸੀ ਉਹਦੇ ਬਾਅਦ ਡਾਕਟਰ ਗੰਡਾ ਸਿੰਘ ਜੀ ਦੀ ਸੰਪਾਦਨ ਜਿਹੜੀ ਕਿਤਾਬ ਸੀ ਉਹ ਹੁਕਮਨਾਮੇ ਉਹਨਾਂ ਨੇ ਛਾਪੀ ਇਸ ਤੋਂ ਇਲਾਵਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ 50 ਸਾਲਾ ਇਤਿਹਾਸ ਦੇ ਵਿੱਚ ਜਾਂ ਉਹ ਜਿੰਨੇ ਵੀ ਮਤੇ ਗੁਰਮਤੇ ਅਤੇ ਉਹ ਸਾਰੇ ਸੀ ਉਹ ਵੀ ਅੰਕਿਤ ਕੀਤੇ ਗਏ ਦੇ ਉਸ ਤੋਂ ਇਲਾਵਾ ਸਦਾਰ ਰੂਪ ਸਿੰਘ ਜੀ ਨੇ ਜਿਹੜੇ ਸ਼ਰਮਣੀ ਕਮੇਟੀ ਨਾਲ ਜੁੜੇ ਹਨ ਉਹਨਾਂ ਨੇ ਵੀ ਉਹਨਾਂ ਦੇ ਸਕੱਤਰ ਹਨ ਉਹਨਾਂ ਨੇ ਵੀ ਇੱਕ ਹੁਕਮਨਾਮੇ ਆਦੇਸ਼ ਤੇ ਸੰਦੇਸ਼ ਪੁਸਤਕ ਛਾਪੀ ਇਸ ਤੋਂ ਇਲਾਵਾ ਡਾਕਟਰ ਕਰਪਾਲ ਸਿੰਘ ਜਿਹੜੇ ਕਿ ਬਹੁਤ ਵੱਡੇ ਹਿਸਟੋਰੀਅਨ ਹਨ ਉਹਨਾਂ ਨੇ ਵੀ ਪੁਰਾਣੇ ਪੰਥਕ ਮਤਿਆਂ ਦੇ ਬਾਰੇ ਕੀਤਾ ਸੋ ਕਾਫੀ ਮਟੀਰੀਅਲ ਜਿਹੜਾ ਹੈ ਅਵੇਲੇਬਲ ਹੈ ਪਰ ਅਜੇ ਨਿੱਜੀ ਸਥਾਨਾਂ ਤੇ ਨਿੱਜੀ ਵਿਅਕਤੀਆਂ ਦੇ ਕੋਲ ਜਾਂ ਪਰਿਵਾਰਾਂ ਦੇ ਕੋਲ ਗੁਰੂ ਸਾਹਿਬ ਦਾ ਬਹੁਤ ਕੁਝ ਪਿਆ ਹੋਇਆ ਹੈ ਜਿਸ ਦੀ ਬਹੁਤ ਵੱਡੀ ਲੋੜ ਹੈ ਕਿ ਪਿੱਛੇ ਜੇ ਮੈਂ ਖੁਦ ਦੇਖਿਆ ਬੀਬੀ ਇੰਦਰਜੀਤ ਕੌਰ ਖਾਲਸਾ ਯੋਗੀ ਹਰਪਜਨ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਨਿੱਜੀ ਤੌਰ ਦੇ ਉੱਤੇ ਕਲੈਕਸ਼ਨ ਗੁਰੂ ਸਾਹਿਬ ਦੇ ਹੁਕਮਨਾਮੇ ਉਹਨਾਂ ਦੇ ਕੋਲ ਵੀ ਹਨ ਸੋ ਇਹ ਸਾਰੇ ਦੀ ਸੰਭਾਲਣ ਦੀ ਇਸ ਦੀ ਬਹੁਤ ਲੋੜ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਸਤਿ ਸ਼੍ਰੀ ਅਕਾਲ ਲੰਬਾ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਵਿੱਚ ਮੈਂ ਪ੍ਰਿੰਦਰ ਹਲ ਵਾਲਿਆ ਬੋਲ ਰਿਹਾ ਹਾਂ ਤੁਹਾਡਾ ਅੱਜ ਪੰਜਾਬੀ ਤੇ ਸਵਾਗਤ ਕਰਦੇ ਹਾਂ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਜਿਹੜਾ ਮੈਂ ਜਿਹੜਾ ਅੱਜ ਪਹਿਲੀ ਲਾਂ ਦਾ ਬਸਤ ਦੱਸਿਆ ਹਾਂ ਜੀ ਜਿਹੜਾ ਤੁਸੀਂ ਪਹਿਲੀ ਲਾਂ ਦਾ ਹੁਕਮਨਾਮਾ ਦੱਸਿਆ ਹੈ ਜੀ ਸੋ ਸਾਨੂੰ ਅੱਜ ਚਾਨਣ ਹੋਇਆ ਹੈ ਜੀ ਤੇ ਮੇਰੀ ਗੁਜ਼ਾਰਿਸ਼ ਇਹ ਹੈ ਜੀ ਜੇ ਤੁਸੀਂ ਇਹੀ ਚਾਰੇ ਹੁਕਮਨਾਮੇ ਲਾਵਾ ਦੇ ਬਾਰੇ ਸਾਨੂੰ ਇਕੱਠੇ ਕਰਕੇ ਦੱਸੋ ਕੋ ਜਿਸ ਪਾਸੇ ਚਾਨਣ ਪਾਉ ਤੇ ਬਹੁਤ ਹੀ ਅੱਛਾ ਹੋਏਗਾ ਬਹੁਤ ਆਪ ਦਾ ਹੁਕਮ ਸਿਰ ਮੱਥੇ ਦੇ ਉੱਤੇ ਅਸੀਂ ਜ਼ਰੂਰ ਇਸ ਚੀਜ਼ ਦਾ ਜ਼ਰੂਰ ਅਸੀਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੀ ਜੀ ਮੈਂ ਮਿਸੀ ਰੰਗੀ ਬੋਲ ਰਹੀ ਹਾਂ ਫੀਨਿਕਸ Arizona ਤੋਂ ਹਾਂਜੀ ਹਾਂ ਲੰਬਾ ਵੀਰ ਜੀ ਮੇਰੇ ਕੋਲੇ ਕੋਈ ਕਮੈਂਟ ਤਾਂ ਹੈ ਨਹੀਂ ਇਸ ਵਕਤ ਜੀ ਜੀ ਪਰ ਵੈਲਕਮ ਬੈਕ ਟੂ ਸ਼ੋ ਜੀ ਹਾਂਜੀ ਅਸੀਂ ਤੁਹਾਨੂੰ ਤੁਸੀਂ ਇੱਕ ਵਾਰ ਫੀਨਿਕਸ ਆਏ ਸੀਗੇ ਜੀ 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 ਤੁਹਾਡਾ ਸਰਵਿਸ ਉਧਰ ਮਿਲেশ ਕਿਸੇ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਵੈਲਕਮ ਬੈਕ ਫਿਰ ਤੁਹਾਡਾ ਪ੍ਰੋਗਰਾਮ ਚੁੰਦੇ ਰਹਾਂਗੇ ਤੇ ਕਮੈਂਟ ਕਰਾਂਗੇ ਚਲੋ ਬਹੁਤ ਬਹੁਤ ਧੰਨਵਾਦ ਅਸੀਂ ਜੁੜੇ ਰਹੀਏ ਅਗਰ ਜਸ ਪੰਜਾਬੀ ਜੋੜੀ ਰੱਖੇ ਗੁਰੂ ਦੀ ਗੱਲ ਕਰ ਸਕੇ ਇਹੀ ਸਾਡੀ ਗੁਜ਼ਾਰਿਸ਼ ਹੈ ਅਰਦਾਸ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਥੈਂਕ ਯੂ ਸਤਿ ਸ੍ਰੀ ਅਕਾਲ ਹਲੋ ਹਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੁਕਮ ਕਰੋ ਜੀ ਹਾਂਜੀ ਮੈਂ ਕਹਿਣਾ ਚਾਹੁੰਦਾ ਜੀ ਕੰਮ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਇਹ ਪੋਸੀਬਲ ਹੈ ਕਿਸੇ ਤਰੀਕੇ ਨਾਲ ਜੇ ਜਿਹੜੇ ਹੁਕਮ ਨਾਮੇ ਦਿਖਾ ਰਹੇ ਕਿਸੇ ਵੈਬਸਾਈਟ ਤੇ ਜਾਂ ਇੰਟਰਨੈਟ ਤੇ ਜਸ ਪੰਜਾਬੀ ਚ ਹੋਣ ਜਾ ਚੜਦੀ ਕਲਾ ਤੇ ਜਾ ਕਿਸੇ ਪਾਸੇ ਪਾ ਸਕੋ ਤਾਂ ਕਿ ਸਾਰੇ ਦੇਖ ਚਲੋ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਸਾਡੀ ਸਾਡਾ ਉਪਰਾਲਾ ਤੁਹਾਡਾ ਸੁਝਾਅ ਬਹੁਤ ਚੰਗਾ ਹੈਗਾ ਅਸੀਂ ਇਸ ਨੂੰ ਜ਼ਰੂਰ ਕੋਸ਼ਿਸ਼ ਕਰਕੇ ਤੇ ਕਿਸ ਤਰੀਕੇ ਨਾਲ ਆਪ ਨਾਲ ਸਾਂਝੇ ਕਰਾਂਗੇ ਪਰ ਫਿਲਹਾਲ ਤੇ ਅਸੀਂ ਨੂੰ ਅਗਰ ਪੜ ਵੀ ਲਈਏ ਸਮਝ ਵੀ ਲਈਏ ਉਹ ਸਧਾਰਨ ਪਾਸ਼ਾ ਦੇ ਵਿੱਚ ਉਸ ਦੀ ਕੁਝ ਥੋੜੀ ਜੀ ਇੰਟਰਪ੍ਰੀਟੇਸ਼ਨ ਵੀ ਕਰ ਸਕੀਏ ਸੋ ਇਹ ਵੀ ਲਾਹੇਵੰਦ ਹੋਏਗਾ ਆਪ ਦਾ ਸੁਝਾਅ ਸਵਾਗਤ ਹੈ ਥੈਂਕ ਯੂ ਨਾ ਬਸ ਥੈਂਕ ਯੂ ਸਰ ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਕੀ ਹਾਲ ਚੜੀ ਜੀ ਹਾਂ ਕੌਣ ਬੋਲ ਰਿਹਾ ਮੈਂ ਹਬਤੋਲਾ ਹੀ ਅਰੀਜ਼ੋਨਾ ਤੋਂ ਹਾਂਜੀ ਹਾਂਜੀ ਜੀ ਆਇਆਂ ਨੂੰ ਜੀ ਅੱਛਾ ਗੱਲ ਅੰਕਲ ਲਈ ਅਵੇ ਜਦੋਂ ਵੀ ਕੋਈ ਆਪਾਂ ਕਿਸੇ ਵੀ ਗੱਲ ਉੱਤੇ ਕਿੰਤੂ ਪ੍ਰੰਤੂ ਕਰਦੇ ਹਾਂ ਹਾਂਜੀ ਗੱਲ ਇਸ ਪ੍ਰੋਗਰਾਮ ਨਹੀਂ ਸਾਰੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਹਾਂਜੀ ਬੰਦੇ ਫੋਨ ਕੱਟ ਨੂੰ ਛੇਤੀ ਬੰਦੇ ਆ ਜੇ ਤਾਂ ਅਸੀਂ ਕੁਝ ਵੜਾਈ ਵਾਲੀ ਕਰ ਦਈਏ ਤੇ ਸੁਣਨ ਨੂੰ ਕੁਝ ਟਾਈਮ ਮਿਲ ਜਾਂਦਾ ਜੀ ਇਦਾਂ ਕਿਉਂ ਹੁੰਦਾ ਗੱਲ ਇਹ ਕਿ ਐਸੀ ਗੱਲ ਕੋਈ ਨਹੀਂ ਕੋਈ ਉਸ ਨੂੰ ਦੂਜੇ ਪਾਸੇ ਨਾ ਲਿਆ ਜਾਏ ਕੋਈ ਜ਼ਰੂਰੀ ਨਹੀਂ ਕਿ ਹਰ ਚੀਜ਼ ਤੁਸੀਂ ਉਸੇ ਰੂਪ ਦੇ ਵਿੱਚ ਹੀ ਗ੍ਰੈਂਡ ਕਰੋ ਜਿਸ ਰੂਪ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਹਰ ਇੱਕ ਦੇ ਆਪਣੇ ਵਿਚਾਰ ਹੈ ਇਹਨਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਦੇ ਵਿੱਚੋਂ ਹੀ ਅਸੀਂ ਕੁਝ ਹਾਸਲ ਕਰ ਸਕਦੇ ਹਾਂ ਜੀ ਨਹੀਂ ਉਹ ਤਾਂ ਗੱਲ ਜੀ ਬਿਲਕੁਲ ਸਹੀ ਆ ਮੈਂ ਮੰਨਦਾ ਹੰਦਾੜੋ ਹੈਨਾ ਜੀ ਵੱਡੇ ਉਹ ਇੱਜ਼ਤ ਕਰਦੇ ਆ ਹਰ ਚੀਜ਼ ਦੀ ਜੀ ਆਮ ਹੀ ਪ੍ਰੋਗਰਾਮਾਂ 'ਚ ਇਹ ਦੇਖਿਆ ਜਾਂਦਾ ਆ ਵੀ ਕੋਈ ਵੀ ਕਿਸੇ ਵੀ ਪੋਲਿਟਿਕਸ ਦੇ ਸਤੇ ਜਾਂ ਕਿਸੇ ਧਾਰਮਿਕ ਚੀਜ਼ਾਂ ਦੇ ਉੱਤੇ ਬਹਿਲਵਤ ਹੁੰਦੀ ਆ ਤੇ ਤੇ ਬੰਦੇ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਆ ਕੋਈ ਗੱਲ ਨਹੀਂ ਤੁਸੀਂ ਸਾਨੂੰ ਸੁਝਾਅ ਦਿਓ ਅਗਰ ਤੁਹਾਨੂੰ ਆ ਸਾਡੇ ਪ੍ਰੋਗਰਾਮ ਦੇ ਵਿੱਚ ਦੱਸੇ ਹੋਏ ਕਿਸੇ ਵਿੱਚ ਅਗਰ ਕੋਈ ਤੁਸੀਂ ਗਲਤੀ ਤੋਂ ਸਾਨੂੰ ਤਾਂ ਇੱਕ ਬਹੁਤ ਵੱਡਾ ਇੱਕ ਦਾਤ ਮਿਲੀ ਹੋਈ ਹੈ ਗੁਰੂ ਵੱਲੋਂ ਅਸੀਂ ਆਪਣੀ ਝੋਲੀ ਵਿੱਚ ਰੱਛਿਆ ਔਰ ਰਿਆਇਤ ਦੀ ਰਿਆਇਤ ਦੀ ਮੰਗ ਵੀ ਕਰ ਸਕਦੇ ਆ ਅਸੀਂ ਕੰਸੈਸ਼ਨ ਦੀ ਮੰਗ ਵੀ ਤੁਹਾਡੇ ਕੋਲੋਂ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਨਹੀਂ ਹੋਰ ਸਾਰਾ ਕਿਆ ਹੋਰ ਮੈਂ ਮੰਨਦਾ ਸਾਰਾ ਹਾਂਜੀ 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 ਗੱਲ ਇਹ ਆ ਵੀ ਟਾਈਮ ਨੂੰ ਨਿਜਾਗਤ ਰੱਖਦੇ ਹੋਏ ਸਮਝਦਾਰੋ ਸਭ ਗਿਆ ਫਰੇਓ ਸਾਰਾ ਤੁਸੀਂ ਸਾਨੂੰ ਜ਼ਰੂਰ ਸੁਝਾ ਦੇਣਾ ਅਸੀਂ ਤੁਹਾਡੇ ਸੁਝਾ ਦੇ ਉੱਤੇ ਉਸ ਨੂੰ ਜ਼ਰੂਰ ਅਮਲ ਕਰਾਂਗੇ ਹੈਲੋ 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 ਹਾਂਜੀ ਅੰਕਲ ਜੀ ਨੇ ਕੋਈ ਸਵਾਲ ਪੁੱਛਣਾ ਸੀਗਾ ਦੱਸੋ ਕੀ ਪੁੱਛਣਾ ਹੈ ਅਸੀਂ ਤਾਂ ਪਹਿਲੀ ਵਾਰੀ ਵਾਚ ਕਰਨ ਲੱਗੇ ਆਂ ਪ੍ਰੋਗਰਾਮ ਹਾਂਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਬਾਰੇ ਜਾਂ ਕੁਝ ਪ੍ਰੋਗਰਾਮ ਬਾਰੇ ਪੁੱਛਣਾ ਸੀਗਾ ਵੀ ਤੁਸੀਂ ਇੱਥੇ ਕੁਐਸਚਨ ਆਨਸਰ ਹੀ ਕਰਦੇ ਹੋ ਕਿ ਐਕਸਪਲੇਨ ਵੀ ਕਰਦੇ ਆ ਤੁਸੀਂ ਮੈਂ ਪਹਿਲੇ ਕੋਸ਼ਿਸ਼ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਿਹਾ ਸੀ ਤੁਸੀਂ ਪੂਰਾ ਪ੍ਰੋਗਰਾਮ ਦੇਖ ਲੈਣਾ ਫਿਰ ਆਪਣੇ ਵਿਚਾਰ ਦੇਣਾ ਹੈਲੋ 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 ਸੋ ਇਹ ਜਿਹੜਾ ਪ੍ਰੋਗਰਾਮ ਆਪ ਜੀ ਨੂੰ ਅਸੀਂ ਸਾਂਝਾ ਕੀਤਾ ਹੈ ਕਿ ਮਤੇ ਗੁਰਮਤੇ ਅਤੇ ਹੁਕਮਨਾਮੇ ਦੇ ਰਾਹੀ ਉਹ ਹੁਕਮਨਾਮੇ ਉਹ ਸੰਦੇਸ਼ ਜਿਹੜਾ ਆਪ ਜੀ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਦਾ ਹੁਕਮ ਉਹ ਕਿੰਨੀ ਅਹਿਮੀਅਤ ਰੱਖਦਾ ਸੀ ਗੁਰੂ ਸਾਹਿਬ ਦੀ ਉਸ ਸਾਖੀ ਤੋਂ ਹੀ ਬੜਾ ਸਪਸ਼ਟ ਹੈ ਕਿ ਜਦੋਂ ਭਾਈ ਡੱਲੇ ਨੇ ਗੁਰੂ ਸਾਹਿਬ ਨੂੰ ਇਹ ਕਿਹਾ ਸੀ ਕਿ ਤੁਸੀਂ ਮੇਰੀ ਮਦਦ ਮੰਗ ਲੈਂਦੇ ਤੁਸੀਂ ਮੇਰੇ ਕੋਲ ਕੋਈ ਦੱਸ ਦੇ ਮੈਨੂੰ ਕੋਈ ਸੇਵਾ ਦਿੰਦੇ ਮੈਨੂੰ ਕੋਈ ਹੁਕਮ ਕਰਦੇ ਫਿਰ ਤੁਸੀਂ ਮੈਨੂੰ ਅਜ਼ਮਾਉਂਦੇ ਜਦੋਂ ਬਾਰ ਬਾਰ ਉਸਨੇ ਇਹ ਗੱਲ ਕਹੀ ਤਾਂ ਹਜ਼ੂਰ ਨੇ ਕਿਹਾ ਕਿ ਲਿਆ ਇੱਕ ਸਿੱਖ ਬੰਦੂਕ ਲੈ ਕੇ ਆਇਆ ਹੈ ਉਹਨਾਂ ਨੇ ਕਿਹਾ ਭਾਈ ਲਿਆ ਫਿਰ ਕਿਸ ਇਸ ਨੂੰ ਜਰਾ ਅਸੀਂ ਚੈੱਕ ਕਰਨਾ ਉਹ ਕਹਿਣ ਲੱਗਾ ਜੀ ਉਸਨੇ ਜਦੋਂ ਆਪਣੇ ਉਹਨਾਂ ਬੰਦਿਆਂ ਨੂੰ ਆਪਣੇ ਫੌਜੀਆ ਨੂੰ ਜਦੋਂ ਬਾਰ ਬਾਰ ਪੁੱਛਿਆ ਤਾਂ ਕੋਈ ਵੀ ਤਿਆਰ ਨਾ ਹੋਇਆ ਤਾਂ ਉਸ ਵੇਲੇ ਹਜ਼ੂਰ ਨੇ ਕਿਹਾ ਕਿ ਭਾਈ ਤੂੰ ਸਾਹਮਣੇ ਆ ਜਾ। ਉਹ ਵੀ ਜਦੋਂ ਖਿਸਕ ਗਿਆ ਤਾਂ ਹਜ਼ੂਰ ਨੇ ਬਾਜ ਮਾਰੀ ਇੱਕ ਬਾਪ ਬੇਟਾ ਦੋਨੋਂ ਦਸਤਾਰ ਬਨ ਰਹੇ ਸਨ ਹੁਕਮ ਸੁਣਦਿਆਂ ਹੀ ਦੋਨੋਂ ਦੌੜੇ ਔਰ ਜੋ ਉਸ ਵੇਲੇ ਸਿੱਖ ਇਤਿਹਾਸ ਵਿੱਚ ਅੰਕਤ ਹੈ ਉਹ ਦੋਨੋਂ ਇਹ ਕਹਿ ਰਹੇ ਸਨ ਬਾਪ ਕਹਿ ਰਿਹਾ ਸੀ ਕਿ ਮੈਂ ਪਹਿਲੇ ਹੁਕਮ ਸੁਣਿਆ ਹੈ ਬੇਟਾ ਕਹਿ ਰਿਹਾ ਸੀ ਮੈਂ ਪਹਿਲੇ ਸੁਣਿਆ ਹੈ ਮੇਰੀ ਵਾਰੀ ਹੈ ਉਹ ਕਹਿ ਰਿਹਾ ਸੀ ਮੇਰੀ ਵਾਰੀ ਹੈ ਇਹ ਹੁਕਮ ਹੈ ਇਹ ਹੁਕਮਨਾਮੇ ਦੀ ਮਹੱਤਤਾ ਹੈ ਅਸੀਂ ਉਸ ਉਸੇ ਪਰੰਪਰਾ ਦੇ ਵਿੱਚ ਅਸੀਂ ਉਸੇ ਸਰੂਪ ਦੇ ਵਿੱਚ ਗੁਰੂ ਸਾਹਿਬ ਦੇ ਔਰ ਉਸ ਤੋਂ ਬਾਅਦ ਗੁਰੂ ਖਾਲਸੇ ਦੇ ਜਾਰੀ ਕੀਤੇ ਹੋਏ ਹੁਕਮਨਾਮਿਆਂ ਨੂੰ ਮੰਨੀਏ ਇਹ ਹੁਕਮ ਇਹ ਨਾ ਸਮਝੀਏ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਜਾਰੀ ਹੋਇਆ ਕਿਸੇ ਵਿਅਕਤੀ ਨੇ ਜਾਰੀ ਕੀਤਾ ਹੈ ਵਿਅਕਤੀ ਦਾ ਹੁਕਮ ਨਹੀਂ ਹੈ ਉਸ ਦੇ ਪਿੱਛੇ ਉਹ ਅਕਾਲ ਪੁਰਖ ਦੀ ਅਗੰਮੀ ਸ਼ਕਤੀ ਹੈ ਉਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਉਹ ਸਿਧਾਂਤ ਹੈ ਜਿਹੜਾ ਗੁਰੂ ਸਾਹਿਬ ਦੇ ਹੁਕਮਨਾਮੇ ਅੱਜ ਵੀ ਸ੍ਰੀ ਅਕਾਲ ਤਖਤ ਸਾਬ ਤੋਂ ਔਰ ਜਿਸ ਦੇ ਬਾਰੇ ਸਿਰਫ ਇੱਕ ਲਫ਼ਜ਼ ਵਿੱਚ ਕਹਿ ਲਿਆ ਜਾਏ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਅਸੀਂ ਇਹ ਪ੍ਰੋਗਰਾਮ ਦੇ ਰਾਹੀਂ ਆਪ ਨੂੰ ਜੋ ਸੰਦੇਸ਼ ਦੇ ਰਹੇ ਹਾਂ ਆਪ ਨੇ ਜ਼ਰੂਰ ਅਪ ਈਮੇਲ ਰਾਹੀਂ ਜਾਂ ਖਤ ਰਾਹੀਂ ਸਾਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨੀ ਆਪਣੇ ਵਿਚਾਰਾਂ ਤੋਂ ਸਾਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕਰਨੀ info@justpunjabi.com ਇਹ ਲੰਬਾ @justpunjabi.com ਦੇ ਉੱਤੇ ਅਗਲੇ ਮੰਗਲਵਾਰ ਠੀਕ 9:30 ਵਜੇ ਇੱਕ ਵਾਰ ਫਿਰ ਆਪ ਦੀ ਸੇਵਾ ਵਿੱਚ ਇੱਕ ਹੋਰ એપisode ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ